देखो डियर स्टूडेंट, तुहानू पता भी तुसी मॉडर्न ऑफिस प्रैक्टिस ट्रेड दे टाइपोग्राफी सेकंड दी तैयारी चल रही है तुहाडी, ठीक है। उहदे विच मैं तुहानू एक्सेल दी वीडियो भेज रहे हां, ते वो एक्सेल दी वीडियो तिन्नों हो चुकी है। अज चौथी वीडियो वर्कशीट नू प्रिंट करना, मतलब एक वर्कशीट हुंदी एक्सेल दे विच जिहड़ी आपां तैयार करदे हां, प्रिंट किवें करनी है। ये एक्सेल दी चौथी वीडियो, टाइपोग्राफी दी छेवीं वीडियो आ, ठीक है। टोटल विषयां दी, मतलब पहला मैं होर विषय ते भी तैयार कीतियां ने वीडियोस, ਤੇ ਮੈਨੂੰ ਉਮੀਦ ਆ ਤੁਸੀਂ ਧਿਆਨ ਨਾਲ ਦੇਖੋ ਸੁਣ ਰਹੇ ਹੋ ਤੇ ਸੁਣਦੇ ਰਹੋ। ਤੇ ਹੁਣ ਆਪਾਂ ਟਾਈਮ ਨਹੀਂ ਖਰਾਬ ਕਰਦੇ, ਚੱਲਦੇ ਹਾਂ ਟੌਪਿਕ ਤੇ। ਟੌਪਿਕ ਕਿਹੜਾ ਕਿ ਆਪਣਾ ਵਰਕਸ਼ੀਟ ਨੂੰ ਪ੍ਰਿੰਟ ਕਰਨਾ, ਇਹਦੇ ਤਰੀਕੇ ਬਾਰੇ ਵਿਸਤਾਰ ਦੇ ਵਿੱਚ ਸਮਝਾਇਆ ਹੋਇਆ, ਹੁਣ ਆਪਾਂ ਚੱਲਦੇ ਹਾਂ ਟੌਪਿਕ। ਹਾਂਜੀ ਦੇਖੋ, ਆਹ ਤੁਹਾਨੂੰ ਪਤਾ ਆਪਣਾ ਜਿਹੜਾ ਅੱਜ ਦਾ ਟੌਪਿਕ ਆ ਕੀ ਆ, ਪ੍ਰਿੰਟਿੰਗ ਏ ਵਰਕਸ਼ੀਟ, ਪ੍ਰਿੰਟਿੰਗ ਏ ਵਰਕਸ਼ੀਟ ਔਰ ਵਰਕਬੁੱਕ। ਦੇਖੋ ਪ੍ਰਿੰਟਿੰਗ ਦਾ ਮਤਲਬ, ਪਹਿਲੀ ਗੱਲ ਪ੍ਰਿੰਟਿੰਗ ਕੀ ਹੁੰਦੀ ਆ, ਆਪਾਂ ਪ੍ਰਿੰਟ ਕਰਦੇ ਆ, ਮਤਲਬ ਪੇਪਰ ਦੇ ਉੱਪਰ ਜਿਹੜਾ ਐਕਸਲ ਦੇ ਵਿੱਚ ਡਾਟਾ ਹੁੰਦਾ ਉਹਨੂੰ ਕਾਗਜ਼ ਤੇ ਛਾਪਦੇ ਆ, ਉਹਨੂੰ ਆਪਾਂ ਪ੍ਰਿੰਟਿੰਗ ਬੋਲਦੇ ਆ। ਕੀ ਕਹਿੰਦੇ ਆ? ਪ੍ਰਿੰਟਿੰਗ। ਤਾਂ ਦੇਖੋ ਐਕਸਲ ਦੇ ਵਿੱਚ ਵੈਸੇ ਜਿਹੜਾ ਪ੍ਰਿੰਟਿੰਗ ਦੇ ਵਿੱਚ ਸੈਟਿੰਗਸ ਨੇ ਉਹ ਕਈ ਤਰ੍ਹਾਂ ਦੀਆਂ ਹੋ ਸਕਦੀਆਂ ਨੇ, ਕਈ ਢੰਗਾਂ ਨਾਲ ਹੋ ਸਕਦੀਆਂ ਨੇ ਦੇਖੋ। ਪਰ ਜਿੰਨੀ ਦੇਰ ਬੇਸ ਹੀ ਨਹੀਂ ਪਤਾ ਵੀ ਪ੍ਰਿੰਟਿੰਗ ਕਿਵੇਂ ਹੋਊਗੀ, ਕੀ ਗੱਲਬਾਤ ਆ, ਮੇਨ ਮੇਨ ਟੌਪਿਕ, ਉਨੀ ਦੇਰ ਆਪਾਂ ਡੀਪਲੀ ਨਹੀਂ ਸਮਝ ਸਕਦੇ, ਫਿਰ ਵੀ ਮੇਰੇ ਵੱਲੋਂ ਕੋਸ਼ਿਸ਼ ਕੀਤੀ ਗਈ ਤਾਂ ਉਹਨੂੰ ਪ੍ਰਿੰਟਿੰਗ ਦਾ ਟੌਪਿਕ ਕੰਪਲੀਟ ਕਰਾ ਦਿੱਤਾ ਜਾਵੇ, ਠੀਕ ਹੈ। ਇਸੇ ਲਈ ਪਹਿਲੀ ਗੱਲ ਸਮਝ ਗਏ, ਪੇਪਰ ਦੇ ਉੱਪਰ ਪ੍ਰਿੰਟ, ਕਾਗਜ਼ ਦੇ ਉੱਪਰ ਛਾਪਣ ਨੂੰ ਪ੍ਰਿੰਟਿੰਗ ਕਹਿੰਦੇ ਆ, ਆਪਾਂ ਪ੍ਰਿੰਟਰ ਦੀ ਲੋੜ ਹੁੰਦੀ ਹੈ। ਇਹਦੇ ਨਾਲ ਕੀ ਤੁਹਾਡੇ ਕੋਲ ਹੋਣਾ ਚਾਹੀਦਾ? ਪ੍ਰਿੰਟਰ। ਹੁਣ ਮੈਨੂੰ ਪਤਾ ਹਰ ਕਿਸੇ ਕੋਲ ਪ੍ਰਿੰਟਰ ਅਵੇਲੇਬਲ ਨਹੀਂ ਹੋਊਗਾ, ਪਰੰਤੂ ਮੈਂ ਤੁਹਾਨੂੰ ਸਿਰਫ ਕਮਾਂਡ ਤੋਂ ਹੀ ਸਿਖਾ ਦੂੰਗਾ, ਤੁਸੀਂ ਈਜ਼ੀਲੀ ਪ੍ਰਿੰਟ ਕਰਨ ਯੋਗ ਹੋ ਜਾਓਗੇ, ਠੀਕ। ਤਾਂ ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਤੈਅ ਕਰਨਾ ਵੀ ਅਸੀਂ ਪ੍ਰਿੰਟ ਕੱਢਣਾ ਕਾਹਦਾ ਗਾ, ਪ੍ਰਿੰਟ ਕੱਢਣਾ ਕਾਹਦਾ ਗਾ। ਆਪਾਂ ਵਰਕਸ਼ੀਟ ਦਾ ਪ੍ਰਿੰਟ ਕੱਢਣਾ ਸਿੱਖਾਂਗੇ, ਮਤਲਬ ਜਿਹੜਾ ਡਾਟਾ, ਸਪੋਜ਼ ਕਰੋ ਆਹੀ ਜਿਹੜਾ ਆਪਣੇ ਕੋਲ ਡਾਟਾ ਦਿੱਤਾ ਹੋਵੇ, ਇਹਨੂੰ ਆਪਾਂ ਕਾਗਜ਼ ਦੇ ਉੱਪਰ ਲਿਜਾਣਾ ਚਾਹੁੰਦੇ ਹਾਂ। ਸਭ ਤੋਂ ਪਹਿਲਾਂ ਇਸ ਬਟਨ ਦੇ, ਇਹਨੂੰ ਆਫਿਸ ਬਟਨ ਕਹਿੰਦੇ ਨੇ, ਆਫਿਸ ਬਟਨ ਤੇ ਕਲਿੱਕ ਕਰੋ। ਉਦੋਂ ਬਾਅਦ ਦੇਖੋ ਉਰੇ ਜਾਓ, ਉਰੇ ਜਾਓ, ਉਰੇ ਪ੍ਰਿੰਟ ਤੇ ਕਲਿੱਕ, ਪ੍ਰਿੰਟ ਆ ਪਈ ਹੈ ਨਾ ਆਪਸ਼ਨ, ਇਹਦੇ ਉੱਪਰ ਚਾਹੇ ਪ੍ਰਿੰਟ ਤੇ ਕਲਿੱਕ ਕਰ ਦਿਓ ਚਾਹੇ ਪ੍ਰਿੰਟ ਪ੍ਰੀਵਿਊ ਤੇ ਕਲਿੱਕ ਕਰ ਦਿਓ, ਪਰ ਪਹਿਲਾਂ ਆਪਾਂ ਹਮੇਸ਼ਾ ਆਲਵੇਜ਼ ਪ੍ਰਿੰਟ ਪ੍ਰੀਵਿਊ ਤੇ ਕਲਿੱਕ ਕਰਾਂਗੇ। ਡਨ। ਆ ਕੁਇਕ ਪ੍ਰਿੰਟ ਤੇ ਨਹੀਂ ਦੱਬਣਾ ਤੁਸੀਂ, ਮੋਸਟਲੀ ਕੁਇਕ ਪ੍ਰਿੰਟ ਦਾ ਮਤਲਬ ਉਹਨੇ ਬਿਨਾਂ ਕੁਝ ਦਿਖਾਏ ਪ੍ਰਿੰਟ ਦੀ ਕਮਾਂਡ ਚੱਲ ਪੈਣੀ ਆ, ਤੇ ਜੇ ਮੰਨ ਲਓ ਖਰਾਬ ਹੋ ਗਈ ਤਾਂ ਪੇਜ ਤੁਹਾਡੇ ਗਏ ਖਰਾਬ, ਇੰਕ ਤੁਹਾਡੀ ਗਈ ਖਰਾਬ, ਵਾਧੂ ਪ੍ਰਿੰਟ ਨਿਕਲ ਗਿਆ, ਜਿਹਦੇ ਕਰਕੇ ਆਪਾਂ ਇਹਦੀ ਆਦਤ ਪਾਉਣੀ ਵੀ ਨਹੀਂ। ਸਮੇਂ ਨਾਲ ਚੱਲੋ, ਇੱਡੀ ਆਪਾਂ ਨੂੰ ਕੋਈ ਜਲਦੀ ਨਹੀਂ ਹੁੰਦੀ। ਜਿਹੜਾ ਕੋਈ ਇੱਕ ਪ੍ਰਿੰਟ ਇਹਨੇ ਆਪਸ਼ਨ ਦੇਤੀ, ਆਪਾਂ ਨੂੰ ਲੋੜ ਨਹੀਂ ਹੈਗੀ, ਆਪਾਂ ਹਮੇਸ਼ਾ ਕਾਹਦੇ ਤੇ ਕਲਿੱਕ ਕਰਨਾ? ਪ੍ਰਿੰਟ ਪਰਵਿਊ ਤੇ, ਠੀਕ ਹੈ। ਲਓ ਜੀ ਇਹਦੇ ਕਲਿੱਕ ਕੀਤਾ, ਤੁਸੀਂ ਕੀ ਦਿਖਾਈ ਦਿੱਤਾ? ਇਹ ਇੱਕ ਤਰ੍ਹਾਂ ਦਾ ਕੰਪਿਊਟਰ ਦੇ ਵੀ ਪਰਵਿਊ, ਪਰਵਿਊ ਮਤਲਬ ਹੁੰਦਾ ਦ੍ਰਿਸ਼, ਮਤਲਬ ਕੰਪਿਊਟਰ ਦੇ ਵਿੱਚ ਇਹਨੇ ਇਹ ਦਿਖਾਤਾ ਵੀ ਮੈਂ ਪੇਜ ਦੇ ਉੱਪਰ ਡਾਟੇ ਨੂੰ ਕਿਵੇਂ ਛਾਪੂੰਗਾ, ਕਿਵੇਂ ਛਾਪੂੰਗਾ। ਹੋ ਗਈ ਗੱਲ ਕਲੀਅਰ? ਆਈ ਛਾਪ ਕੇ ਆਊਗਾ ਜਿਵੇਂ ਉਰੇ ਦਿਖਾਈ ਦੇ ਰਿਹਾ, ਠੀਕ ਹੈ। ਹੁਣ ਆਪਾਂ ਇਹਦੇ ਨਾਲ ਥੋੜੇ ਬਹੁਤ ਪੰਗੇ ਲੈਣੇ, ਮਤਲਬ ਸਿੱਖਦੇ ਆ ਇਹਦੀ ਡੀਪਲੀ। ਤਾਂ ਸਭ ਤੋਂ ਪਹਿਲਾਂ ਤੁਸੀਂ ਜਾਣਾ ਆਪ ਆਪਣੇ ਕੋਲ ਪੇਜ ਸੈਟਅਪ, ਕਾਹਦੇ ਤੇ? ਪੇਜ ਸੈਟਅਪ ਤੇ ਕਲਿੱਕ ਕਰੋ। ਤੁਹਾਡੇ ਕੋਲ ਇੱਕ ਆ ਡਾਇਲੋਗ ਬਾਕਸ ਖੁੱਲੂਗਾ, ਇਸ ਡਾਇਲੋਗ ਬਾਕਸ ਦੇ ਵਿੱਚ ਤੁਸੀਂ ਪਹਿਲਾ ਟੈਬ, ਟੈਬ ਬੋਲਦੇ ਨੇ ਇਹਨਾਂ ਨੂੰ ਜਿਹੜੇ ਹੁੰਦੇ ਨੇ, ਟੈਬਸ ਬੋਲਦੇ ਨੇ, ਟੈਬ, ਪੇਜ ਟੈਬ ਤੇ ਕਲਿੱਕ ਕਰੋ, ਤੁਹਾਡੇ ਕੋਲ ਆ ਵਾਲਾ ਮੀਨੂ ਖੁੱਲ ਜੂਗਾ। ਇਸ ਮੀਨੂ ਦੇ ਵਿੱਚ ਸਭ ਤੋਂ ਪਹਿਲਾਂ ਹੁੰਦਾ, ਮੈਂ ਤੁਹਾਨੂੰ ਦੱਸਿਆ ਸਾਰੇ ਨਹੀਂ ਕਰਾਉਂਦਾ, ਜਿਹੜੇ ਇੰਪੋਰਟੈਂਟ ਨੇ ਸਿਰਫ ਉਹੀ ਕਰਾਉਂਗਾ। ਓਰੀਐਂਟੇਸ਼ਨ ਹੁੰਦਾ, ਬੜਾ ਇੰਪੋਰਟੈਂਟ ਆ, ਬਾਲਾ ਇੰਪੋਰਟੈਂਟ ਹੈ ਤਾਂ ਓਰੀਐਂਟੇਸ਼ਨ ਹੁੰਦਾ। ਦੇਖੋ ਇੱਕ ਪੋਰਟਰੇਟ ਹੁੰਦੀ ਆ ਓਰੀਐਂਟੇਸ਼ਨ, ਇੱਕ ਲੈਂਡਸਕੇਪ ਹੁੰਦੀ ਆ, ਫਰਕ ਸਮਝਾਉਣਾ। ਤੁਸੀਂ ਕਈ ਵਾਰ ਦੇਖਿਆ ਹੋਊ, ਕਈ ਤਾਂ ਪੇਜ ਸਿੱਧੇ ਲੋਟ ਆਪਾਂ ਰੱਖਦੇ ਹਾਂ, ਕਈ ਪੇਜ ਟੇਢੇ ਲੋਟ ਕਰ ਦਿੰਦੇ ਆ, ਮਤਲਬ ਲੇਟ ਮੇ ਲੋਟ ਕਰ ਦਿੰਦੇ ਆ। ਕਿਸ ਢੰਗ ਨਾਲ ਪੇਜ ਦੇ ਉੱਪਰ ਕਿਸ ਢੰਗ ਨਾਲ ਪ੍ਰਿੰਟਿੰਗ ਆਵੇ, ਇਹਨੂੰ ਪੋਰਟਰੇਟ ਆਵੇ ਜਾਂ ਲੈਂਡਸਕੇਪ? ਦੇਖੋ ਜਿਹੜੀ ਇਹ ਦਿਖਾਈ ਦੇ ਰਹੀ ਹੈ ਇਹ ਤਾਂ ਹੈਗੀ ਆ ਪੋਰਟਰੇਟ, ਲੰਬਾਈ ਲੋਟ, ਮਤਲਬ ਲੰਬਾਈ ਨੀਚੇ ਨੂੰ ਜ਼ਿਆਦਾ ਹੁੰਦੀ ਹੈ, ਚੌੜਾਈ ਘੱਟ ਹੁੰਦੀ ਆ। ਪਰ ਹੁਣ ਜੇ ਆਪਾਂ ਦੂਜੀ ਕਰ ਦਾਂਗੇ, ਪੇਜ ਸੈਟਅਪ ਤੇ ਜਾਓ, ਲੈਂਡਸਕੇਪ ਤੇ ਕਲਿੱਕ ਕਰ ਦਿਓ, ਆ ਪੋਰਟਰੇਟ ਤੇ ਕਲਿੱਕ ਕਰਾਣਾ, ਲੈਂਡਸਕੇਪ ਤੇ ਕਲਿੱਕ ਕਰ ਦਿਓ, ਓਕੇ ਕਰ ਦਿਓ। ਲੈ ਦੇਖੋ ਫਰਕ ਪਿਆ, ਕੋਈ ਪੈ ਗਿਆ, ਉਚਾਈ ਲੋਟ ਘਟ ਗਿਆ, ਚੌੜਾਈ ਲੋਟ ਵੱਧ ਗਿਆ, ਇਹਨੂੰ ਕਹਿੰਦੇ ਆਪਾਂ ਲੈਂਡਸਕੇਪ ਰੂਪ, ਸਮਝ ਗਏ? ਡਾਟਾ ਉਹੀ ਸੀ, ਤੁਸੀਂ ਕਹੋਗੇ ਇੱਧਰ ਇੰਨੀ ਜਗ੍ਹਾ ਬਚ ਗਈ, ਬਈ ਪੇਜ ਦੀ ਚੌੜਾਈ ਵੱਧ ਗਈ ਤਾਂ ਕਰਕੇ ਬਚ ਗਈ, ਪੇਪਰ ਦੇ ਉੱਪਰ ਆਈ ਪ੍ਰਿੰਟ ਨਿਕਲ ਕੇ ਆਊਗਾ, ਸਮਝ ਗਏ? ਹੋਰ ਆਪਾਂ ਸਿੱਖਦੇ ਹਾਂ, ਪੇਜ ਸੈਟਅਪ ਤੇ ਫਿਰ ਕਲਿੱਕ ਕਰੋ, ਕਰਤਾ, ਇਹ ਫਿਰ ਆਪਣੇ ਕੋਲ ਡਾਇਲੋਗ ਬਾਕਸ ਖੁੱਲ ਗਿਆ।
ਇਸ ਡਾਇਲੋਗ ਬਾਕਸ ਦੇ ਵਿੱਚ ਆਪਾਂ ਕੀ ਦੇਖ ਲਿਆ, ਪੋਰਟਰੇਟ ਤੇ ਲੈਂਡਸਕੇਪ ਦੋ ਪ੍ਰਕਾਰ ਦੀ ਓਰੀਐਂਟੇਸ਼ਨ ਹੁੰਦੀ ਹੈ ਜਿਹੜੀ ਆਪਾਂ ਉਹ ਹੀ ਸੈੱਟ ਕਰਨੀ ਹੈ। ਹੋ ਗਈ ਗੱਲ ਕਲੀਅਰ? ਹੁਣ ਦੂਜੀ ਆਪਣੇ ਕੋਲ ਸਕੇਲਿੰਗ ਦੀ ਆਪਸ਼ਨ ਆਉਂਦੀ ਹੈ, ਸਕੇਲਿੰਗ, ਸਕੇਲਿੰਗ ਸਮਝ ਗਏ ਇਹਦੇ ਬਾਰੇ। ਸਕੇਲਿੰਗ ਕਰਾਉਣ ਤੋਂ ਪਹਿਲਾਂ ਪਹਿਲੀ ਗੱਲ ਤੇ ਸਮਝੋ ਮੇਰੀ ਗੱਲ ਨੂੰ, ਵਟ ਇਜ਼ ਸਕੇਲਿੰਗ? ਸਕੇਲਿੰਗ ਦਾ ਮਤਲਬ ਡਾਟੇ ਨੂੰ ਛੋਟਾ ਕਰੀ ਜਾਊਗਾ, ਜੇ ਤੁਸੀਂ ਸਾਈਜ਼ ਘਟਾਈ ਜਾਓਗੇ, ਜੇ ਵਧਾਈ ਜਾਓਗੇ ਤਾਂ ਵੱਡਾ ਕਰੀ ਜਾਊਗਾ, ਨਾਰਮਲ ਸਾਈਜ਼ ਦੇ ਹਿਸਾਬ ਨਾਲ, ਪਰਸੈਂਟੇਜ ਦੇ ਹਿਸਾਬ ਨਾਲ ਵਧੀ ਜਾਣਾ। ਫੋਰ ਐਗਜ਼ਾਮਪਲ ਉਹਦੇ 100 ਆ, ਮੈਂ ਉਹਦੇ 120 ਕਰਦਾ, ਲਓ ਜੀ ਕਲਿੱਕ ਕਰਤਾ, ਲਓ ਆ ਵੱਧ ਗਿਆ, ਇਹਨੇ ਪੇਜ ਪੇਜ ਦੇ ਵਿੱਚ ਜਗ੍ਹਾ ਵੱਧ ਘੇਰ ਲਈ। ਠੀਕ ਹੈ, ਫਿਰ ਪੇਜ ਸੈਟਅਪ ਕਰਦੇ ਆਪਾਂ ਇਹਨੂੰ ਹੋਰ ਵਧਾ ਦਿੰਦੇ ਹਾਂ, ਲਓ 135, ਲਓ ਜੀ ਪੇਜ ਦਾ ਪੂਰੇ ਪੇਜ ਤੇ ਫਿੱਟ ਹੋ ਗਿਆ, ਆਊਗਾ ਹੁਣ ਇੰਨੇ ਤੇ ਹੀ, ਇੰਨੀ ਜਗ੍ਹਾ ਮਤਲਬ ਅੱਖਰ ਵੱਡੇ ਹੋ ਗਏ। ਠੀਕ ਹੈ, ਇਹਨੂੰ ਆਪਾਂ ਸਕੇਲਿੰਗ ਇਹਦੀ ਵਧਾ ਤੀ, ਠੀਕ ਹੈ ਪਰਸੈਂਟੇਜ ਇਹਦੀ ਵਧਾ ਤੀ, ਆਈ ਆਪਾਂ ਘਟਾ ਵੀ ਸਕਦੇ ਹਾਂ। ਆਮ ਤੌਰ ਤੇ ਦੇਖੋ ਵਧਾਉਣ ਦੀ ਬਹੁਤ ਘੱਟ ਲੋੜ ਪੈਂਦੀ ਹੈ, ਘਟਾਉਣ ਦੀ ਲੋੜ ਪੈਂਦੀ ਆ, ਘਟਾਉਣ ਦੀ ਲੋੜ ਪੈਂਦੀ ਆ, ਕਿਉਂ ਪੈਂਦੀ ਆ ਇਹ ਵੀ ਆਪਾਂ ਸਿੱਖਦੇ ਹਾਂ। ਚਲੋ ਇਹਨੂੰ ਕਰੋ ਕਲੋਜ਼, ਪ੍ਰਿੰਟ ਪ੍ਰੀਵਿਊ ਕਰ ਦਿਓ, ਉਰੋ ਕਲੋਜ਼ ਹੋ ਜੂ, ਫਾਈਲ ਬੰਦ ਨਹੀਂ ਹੁੰਦੀ, ਪ੍ਰਿੰਟ ਪ੍ਰੀਵਿਊ ਕਲੋਜ਼ ਹੋ ਗਿਆ। ਹੁਣ ਧਿਆਨ ਦਿਓ, ਮੈਂ ਇਸੇ ਡਾਟੇ ਦਾ ਕਾਪੀ ਪੇਸਟ ਕਰਦਾ, ਡਾਟੇ ਨੂੰ ਵਧਾਉਣਾ ਮਤਲਬ ਤੁਸੀਂ ਆਪ ਲਿਖ ਲਿਓ, ਮੈਂ ਵਧਾਉਣਾ, ਮੈਂ ਕਾਪੀ ਪੇਸਟ ਕਰਦਾ, ਕੰਟਰੋਲ ਸੀ ਕੰਟਰੋਲ ਵੀ ਕੰਟਰੋਲ ਵੀ, ਇਹ ਵਧਾਉਣ ਦਾ ਮਤਲਬ ਸਿਰਫ ਇੰਨਾ ਹੀ ਆ ਵੀ ਮੈਂ ਤੁਹਾਨੂੰ ਸਿਖਾਉਣਾ ਹੈਗਾ। ਠੀਕ ਹੈ, ਤੁਸੀਂ ਇਹਦੇ ਵੱਲ ਨਾ ਧਿਆਨ ਦਿਓ ਵੀ ਵਧਾਉਣ ਕਿਉਂ ਲੱਗ ਗਏ ਜੀ। ਠੀਕ ਹੈ, ਇਹ ਕਿਵੇਂ ਕਾਪੀ ਪੇਸਟ ਕੀਤਾ ਇਹ ਮੈਂ ਤੁਹਾਨੂੰ ਦੱਸਿਆ ਵੀ ਕਾਪੀ ਪੇਸਟ, ਕੰਟਰੋਲ ਸੀ ਕੰਟਰੋਲ ਵੀ, ਲਓ ਮੰਨ ਲਓ ਆਹ ਡਾਟਾ, ਇੰਨਾ ਡਾਟਾ ਹੈਗਾ। ਠੀਕ ਹੈ, ਉਰੇ ਜਾਓ, ਉਰੇ ਜਾਓ, ਪ੍ਰਿੰਟ ਪ੍ਰੀਵਿਊ ਤੇ ਜਾਓ, ਲਓ ਜੀ ਇਹ ਤਾਂ ਆ ਹੀ ਨਹੀਂ ਰਿਹਾ, ਪੂਰਾ ਪੈ ਗਿਆ ਪੰਗਾ। ਜਦੋਂ ਤੁਸੀਂ ਮਾਊਸ ਦੀ ਸਕਰੋਲ ਬਟਨ ਦੱਬੋਗੇ, ਮਾਊਸ ਦਾ ਟਈਆ ਘੁਮਾਓਗੇ, ਮਾਊਸ ਦਾ ਜਿਹੜਾ ਸਕਰੋਲਿੰਗ ਬਟਨ ਹੁੰਦਾ ਉਹਨੂੰ ਘੁਮਾਓਗੇ ਤਾਂ ਨੀਚੇ ਦੇਖੋ, ਆ ਦੇਖੋ ਇੰਨੇ ਪੈ ਗਿਆ, ਪਤਾ ਲੱਗਦਾ। ਆ ਉਰੇ ਧਿਆਨ ਦਿਓ, 4/4, ਇਹ 4 ਪੇਜਾਂ ਤੇ ਆ ਰਿਹਾ, ਹੁਣ 3/4, 2/4 ਮਤਲਬ ਦੂਜਾ ਪੇਜ ਆ ਚਾਰਾਂ ਚੋਂ, ਇਹ ਪਹਿਲਾ ਪੇਜ ਆ ਚਾਰਾਂ ਚੋਂ, ਆਏ 4 ਤੇ ਪਹੁੰਚ ਗਿਆ, ਤਾਂ ਪੈ ਗਿਆ ਪੰਗਾ। ਜੇ ਆਪਾਂ ਨੂੰ ਛੋਟਾ ਕਰ ਦਈਏ, ਪੇਜ ਸੈਟਅਪ ਚ ਜਾਓ, ਉਹੀ ਪਰਸੈਂਟੇਜ 135 ਤੋਂ ਘਟਾਉਂਦੇ ਜਾਓ, ਘਟਾਉਂਦੇ ਜਾਓ, ਘਟਾਉਂਦੇ ਜਾਓ, ਘਟਾਉਂਦੇ ਜਾਓ, ਘਟਾਉਂਦੇ ਜਾਓ, 100 ਹੁੰਦੀ ਆ, ਲਓ ਜੀ ਹੁਣ ਦੇਖੋ ਆ ਗਿਆ 1/2, ਮਤਲਬ ਸੱਜੇ ਪਾਸਿਓਂ ਤਾਂ ਆ ਗਿਆ, ਨੀਚੋਂ ਨਹੀਂ ਆਇਆ ਹਜੇ, ਆ ਦੇਖੋ ਨੀਚੇ ਹੋਰ ਵੀ ਪਿਆ, ਇਹਨੂੰ ਆਪਾਂ ਹੋਰ ਵੀ ਘਟਾ ਸਕਦੇ ਹਾਂ, 100 ਤੋਂ ਘਟਾਉਂਦੇ ਜਾਓ, ਘਟਾਉਂਦੇ ਜਾਓ, ਘਟਾਉਂਦੇ ਜਾਓ, 80 ਤੱਕ ਲੈ ਜਾ ਕੇ ਹੁਣ ਆ ਗਿਆ, ਆ ਗਿਆ 1/1, ਇੱਧਰੋਂ ਵੀ ਕਿਉਂਕਿ ਛੋਟਾ ਹੋ ਗਿਆ। ਹੁਣ ਸਮਝ ਗਏ ਵਟ ਇਜ਼ ਸਕੇਲਿੰਗ? ਇਹਦੀ ਲੋੜ ਉਦੋਂ ਪੈਂਦੀ ਹੈ ਜਦੋਂ ਡਾਟਾ ਕਈ ਵਾਰ ਜ਼ਿਆਦਾ ਹੋ ਜਾਏ, ਜਦੋਂ ਕਈ ਵਾਰ ਡਾਟਾ ਜ਼ਿਆਦਾ ਹੋ ਜਾਏ ਫਿਰ ਉਹਨਾਂ ਆਪਾਂ ਫਿੱਟ ਕਰਨਾ ਹੁੰਦਾ, ਬਾਲਾਂ ਨਹੀਂ ਫਿੱਟ ਕਰਨਾ ਕਿ ਦਿਸੇ ਹੀ ਨਾ ਪ੍ਰਿੰਟ ਆਊਟ ਦੇ ਉੱਪਰ, ਲਿਮਿਟ ਹੁੰਦੀ ਆ। ਹੁਣ ਤੁਸੀਂ ਥੋੜ੍ਹੀ ਵੀ ਛੋਟਾ 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 ਕਰਦੇ ਬਾਅਦ ਦਿਸੇ ਹੀ ਨਾ, ਆਪਦਾ ਪ੍ਰਿੰਟ ਆਊਟ ਰਫ ਕੱਢ ਕੇ ਦੇਖ ਲਓ, ਜਦੋਂ ਇਹ ਜੀ ਸਮੱਸਿਆ ਆਉਂਦੀ ਆ, ਠੀਕ ਹੈ ਉਦੋਂ ਤੁਸੀਂ ਸੈੱਟ ਕਰ ਲਓ। ਠੀਕ ਹੈ, ਐਂ ਮੈਂ ਤੁਹਾਨੂੰ ਸਿਰਫ ਸੈੱਟ ਕਰਨਾ ਸਿਖਾਤਾ, ਇਹਨੂੰ ਕਲੋਜ਼ ਪ੍ਰਿੰਟ ਪ੍ਰੀਵਿਊ ਕਰੋ। ਹੁਣ ਮੈਂ ਸਾਰਾ ਡਾਟਾ ਓਮੀ ਕੰਟਰੋਲ ਜੈਡ ਕਰਕੇ ਡਿਲੀਟ ਕਰ ਰਿਹਾ, ਉੱਥੇ ਵਾਪਸ ਆ ਰਿਹਾ, ਲਓ ਜੀ ਮੈਂ ਉੱਥੇ ਪਹੁੰਚ ਗਿਆ। ਠੀਕ ਹੈ, ਹੁਣ ਦੇਖੋ ਅਗਲੀ ਗੱਲ, ਅਗਲੀ ਗੱਲ ਆਪਾਂ ਦੇਖਣੀ ਆ ਇਸੇ ਦੇ ਵਿੱਚ ਹੀ, ਪ੍ਰਿੰਟ ਦੇ ਵਿੱਚ ਉਸੇ ਆਫਿਸ ਬਟਨ ਤੇ ਕਲਿੱਕ ਕਰੋ, ਪ੍ਰਿੰਟ ਤੇ ਜਾਓ, ਪ੍ਰਿੰਟ ਪ੍ਰੀਵਿਊ ਤੇ ਜਾਓ, ਆ ਉਰੇ ਪਹੁੰਚ ਗਏ, ਉਰੇ ਪੇਜ ਸੈਟਅਪ ਤੇ ਜਾਓ, ਪੇਜ ਉਹੀ ਡਾਇਲੋਗ ਬਾਕਸ ਨੂੰ ਦੁਬਾਰਾ ਖੋਲੋ। ਹੁਣ ਦੇਖੋ ਇਹਦੇ ਵਿੱਚ ਕੀ ਆ, ਇਹਦੇ 'ਚ ਫਿੱਟ ਟੂ, ਫਿੱਟ ਟੂ ਅਗਲੀ ਕੀ ਆ ਕਮਾਂਡ, ਫਿੱਟ ਟੂ। ਫਿੱਟ ਟੂ ਦਾ ਮਤਲਬ ਹੁੰਦਾ ਜੇਕਰ ਕਈ ਵਾਰ ਡਾਟਾ ਮਾੜਾ ਮੋਟਾ ਪੇਜ ਤੋਂ ਵੱਧ ਜਾਂਦਾ, ਜਿੰਨਾ ਮਰਜ਼ੀ ਵੱਧ ਜਾਏ ਚਲੋ ਉਹ ਕੋਈ ਮਤਲਬ ਨਹੀਂ, ਵੀ ਆਪਾਂ ਕਹਿੰਦੇ ਮੈਥੋਂ ਨਹੀਂ ਮਿਹਨਤ ਮੁਹਨਤ ਹੁੰਦੀ, ਆ ਜਿਹੜੀ ਆ ਪਰਸੈਂਟੇਜ ਪਰਸੁੰਟੇਜ ਜੀ ਸੈੱਟ ਕਰਨੀ ਆ 100 ਤੱਕ ਰੱਖੋ, ਇਹ ਨਹੀਂ ਮੈਥੋਂ ਸੈੱਟ ਸੁੱਟ ਹੁੰਦੀ, ਮੈਨੂੰ ਸਿੱਧਾ ਹੀ ਬਸ ਇੱਕ ਪੇਜ ਦੇ ਵਿੱਚ ਫਿੱਟ ਕਰਦੇ ਡਾਟਾ ਨੂੰ ਆਟੋਮੈਟਿਕਲੀ, ਤਾਂ ਇੱਕ ਪੇਜ ਦੇ ਉੱਪਰ ਫਿੱਟ ਕਰਨਾ ਜਾਂ ਦੋ ਦੇ ਉੱਪਰ ਫਿੱਟ ਕਰਨਾ ਜਾਂ ਤਿੰਨ ਦੇ ਉੱਪਰ ਫਿੱਟ ਕਰਨਾ, ਆਪਾਂ ਇੱਕ ਤੇ ਕਰਨਾ ਹੁੰਦਾ, ਆਮ ਤੌਰ 'ਤੇ ਇੱਕ 'ਤੇ ਕਲਿੱਕ ਕਰ ਦਿਓ, ਓਕੇ ਕਰ ਦਿਓ, ਡਨ। ਜੇ ਮਾੜਾ ਮੋਟਾ ਡਾਟਾ ਵਾਧੂ ਆਪੇ ਫਿੱਟ ਹੋ ਜੂਗਾ, ਛੋਟਾ ਛੋਟ ਆਪੇ ਹੋ ਜੂਗਾ। ਪਰ ਉਹੀ ਗੱਲ ਇਹਦੇ ਵਿੱਚ ਵੀ ਤੁਸੀਂ ਇਹੀ ਚੀਜ਼ ਦਾ ਧਿਆਨ ਰੱਖਣਾ, ਡਾਟਾ ਜ਼ਿਆਦਾ ਛੋਟਾ ਨਾ ਹੋ ਜਾਵੇ, ਜਿਹਦੇ ਲਈ ਰਫ ਪ੍ਰਿੰਟ ਜ਼ਰੂਰ ਕੱਢ ਕੇ ਰੱਖ ਲਈਦਾ ਹੁੰਦਾ, ਇੱਕ ਦੇਖ ਲਈਦਾ ਹੁੰਦਾ। ਅਗਲੀ ਗੱਲ, ਪੇਪਰ ਦਾ ਸਾਈਜ਼, ਤੁਹਾਡੀ ਫੋਰ ਯੂਅਰ ਇਨਫੋਰਮੇਸ਼ਨ ਵੈਸੇ ਪੇਪਰ ਦੇ ਸਾਈਜ਼ ਬਹੁਤ ਆਉਂਦੇ ਨੇ, ਪਰ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਵੀ ਤੁਸੀਂ ਮੇਨਲੀ ਯਾਦ ਰੱਖਣੇ ਨੇ, ਇੱਕ ਤਾਂ A4, ਜਿਹੜਾ ਆਪਾਂ ਰਿਮ ਖਰੀਦਣ ਜਾਂਦੇ ਹਾਂ ਨਾ, ਆਪਾਂ ਉਹਨੂੰ ਦੁਕਾਨ ਤੇ ਜਾ ਕੇ ਕਹਿੰਦੇ ਹਾਂ ਮੈਨੂੰ A4 ਪੇਪਰ ਦੇ ਦੇ ਜਾਂ ਮੈਨੂੰ ਲੀਗਲ ਪੇਪਰ ਦੇ ਦੇ, ਲੀਗਲ ਪੇਪਰ ਹੁੰਦਾ ਥੋੜ੍ਹਾ ਜਿਹਾ ਵੱਡਾ, A4 ਪੇਪਰ ਹੁੰਦਾ ਨੋਰਮਲ ਸਾਈਜ਼। ਠੀਕ ਹੈ, A4 ਨੂੰ ਆਪਾਂ ਲੈਟਰ ਪੇਪਰ ਵੀ ਕਹਿੰਦੇ ਹਾਂ, ਤਾਂ ਪੇਪਰ ਦਾ ਸਾਈਜ਼ ਉਹ ਸਿਲੈਕਟ ਕੀਤਾ ਹੋਇਆ A4, A4 ਦੇ ਲੈਟਰ ਵੈਸੇ ਮੋਸਟਲੀ ਸੇਮ ਹੀ ਹੁੰਦੇ ਨੇ, ਸਾਈਜ਼ ਅਪਰੋਕਸੀਮੇਟ ਸੇਮ ਹੀ ਹੁੰਦਾ ਹੈਗਾ, ਉਹਦੇ ਕਲਿੱਕ ਕਰੋਗੇ ਤਾਂ ਲਿਸਟ ਖੁੱਲ ਜੂਗੀ ਸਾਰੇ ਪੇਪਰਾਂ ਦੀ, ਇਨਵੈਲਪਾਂ ਦੇ ਵੀ ਪ੍ਰਿੰਟ ਹੋ ਸਕਦਾ, ਸਟੇਟਮੈਂਟਾਂ ਦੇ ਵੀ, ਐਗਜ਼ੀਕਿਊਟਿਵ ਪੇਪਰ ਦੇ ਵੀ, ਪਰ ਆਪਾਂ ਲੈਟਰ ਰੱਖੋ ਜਾਂ A4 ਰੱਖੋ ਨੋਰਮਲੀ। ਪਰ ਕਈ ਵਾਰ ਤੁਸੀਂ ਦੇਖਿਆ ਵੱਡੇ ਪੇਜ 'ਤੇ ਨਹੀਂ ਪ੍ਰਿੰਟ ਆਊਟ ਕੱਢਦੇ ਹੁੰਦੇ, ਆਪਣਾ ਡਾਟਾ ਜ਼ਿਆਦਾ ਹੋ ਜਾਂਦਾ, ਛੋਟੇ ਪੇਜ 'ਤੇ ਨਹੀਂ ਸਹੀ ਲੱਗਦਾ, ਪਰ ਆਪਣੇ ਕੋਲ ਵੱਡਾ ਪੇਜ ਵੀ ਪਿਆ ਹੈਗਾ, ਉਹਨਾਂ ਪਰ ਲੀਗਲ ਪੇਪਰ ਬੋਲਦੇ, ਲੀਗਲ ਪੇਪਰ 'ਤੇ ਕਲਿੱਕ ਕਰੋਗੇ ਉਹਦੇ ਸਿਲੈਕਟ ਕਰ ਲਓ ਤਾਂ ਲੀਗਲ ਪੇਪਰ ਹੋ ਜਾਏਗਾ ਸਿਲੈਕਟ।
ਠੀਕ ਹੈ, ਜੇ ਤੇ ਲੈਟਰ ਕਰੋਗੇ ਤਾਂ ਲੈਟਰ ਹੋ ਜੂਗਾ, ਉਰੇ ਕਰੋਗੇ ਤਾਂ A4 ਹੋ ਜੂਗਾ, ਤੁਸੀਂ A4 ਨੋਰਮਲੀ ਰੱਖਣਾ, ਡਨ, ਪੇਪਰ ਚੇਂਜ ਕਰ ਸਕਦੇ ਹੋ ਤਾਂ ਡਾਟਾ ਵੱਧ ਆ ਜੂਗਾ ਉਹਦੇ ਵਿੱਚ, ਪ੍ਰਿੰਟਿੰਗ ਵੱਧ ਹੋ ਜੂਗੀ। ਜਿਵੇਂ ਮੈਂ ਤੁਹਾਨੂੰ ਲੀਗਲ ਕਰਕੇ ਦਿਖਾਉਣਾ, ਤੁਸੀਂ ਦੇਖੋ ਸਾਈਜ਼ ਵੱਡਾ ਹੋ ਜੂ, ਲੀਗਲ ਓਕੇ, ਲਓ ਜੀ ਦੇਖੋ ਸਾਈਜ਼ ਵੱਡਾ ਹੋ ਗਿਆ ਨਾ, ਤਾਂ ਡਾਟਾ ਵੀ ਵਧੂਗਾ ਨੈਚੁਰਲੀ ਗੱਲ ਹੈ। ਤਾਂ ਪੇਜ ਸੈਟਅਪ 'ਚ ਜਾਓ, ਵਾਪਸ ਉਸੇ ਤੇ A4 ਤੇ ਕਲਿੱਕ ਕਰ ਦਿਓ। ਬਲਕਿ ਤੁਹਾਨੂੰ ਮੈਂ ਇੱਕ ਹੋਰ ਸਲਾਹ ਦਊਂਗਾ, ਜਦੋਂ ਵੀ ਤੁਸੀਂ ਪ੍ਰਿੰਟਿੰਗ ਕਰੋ, ਪ੍ਰਿੰਟਿੰਗ ਕਰਨ ਤੋਂ ਪਹਿਲੇ ਜ਼ਰੂਰ ਦੇਖ ਲਿਆ ਕਰੋ ਪੇਜ ਕਿਹੜਾ ਸਿਲੈਕਟਡ ਆ। ਕਈ ਵਾਰ ਆਪਾਂ ਨੂੰ ਲੱਗਦਾ ਆਪਾਂ ਲੀਗਲ ਤੇ ਕੱਢਣਾ ਹੈਗਾ ਤੇ ਸਿਲੈਕਟਡ ਹੁੰਦਾ A4 ਤੇ ਪੇਜ ਖਰਾਬ ਹੋ ਜਾਂਦੇ ਨੇ, ਪੰਜ ਚਾਰ, ਇਹ ਜ਼ਰੂਰ ਧਿਆਨ ਰੱਖਣਾ। ਠੀਕ, ਅਗਲਾ ਹੁੰਦਾ ਜੀ ਪੇਪਰ ਦੀ ਕੁਆਲਿਟੀ। ਪੇਪਰ ਦੀ ਕੁਆਲਿਟੀ ਹੈ ਕਿੰਨੇ DPI ਤੇ ਕਰਨੀ ਹੈ, ਇਹਦੀ ਕੋਈ ਜ਼ਰੂਰਤ ਨਹੀਂ ਹੈ, ਜਿਹੜਾ ਚੱਲਣਾ ਉਹੀ ਚੱਲਣਾ, ਪ੍ਰਿੰਟਰ ਦੇ ਹਿਸਾਬ ਨਾਲ ਚੱਲਣਾ। ਅਗਲੇ ਪੁਆਇੰਟ ਤੇ ਆਓ, ਮਾਰਜਿਨ। ਆਪਿਆ ਮਾਰਜਿਨ, ਮਾਰਜਿਨ ਕੀ ਚੀਜ਼ ਹੁੰਦੀ ਆ? ਤੁਹਾਡਾ ਜਿਹੜਾ ਪੇਪਰ ਆ ਇਹ, ਜੇ ਜਿਵੇਂ ਦੇਖੋ ਇੱਧਰ ਕਰਸਰ ਵੱਲ ਧਿਆਨ ਦਿਓ, ਜਗ੍ਹਾ ਛੱਡੀ ਵੀ ਨਾ, ਸ਼ੁਰੂ ਤੋਂ ਲੈ ਕੇ ਉੱਧਰ ਤੱਕ ਇੰਨੀ, ਆਈ ਉੱਪਰ ਤੋਂ ਲੈ ਕੇ ਉੱਧਰ ਤੱਕ ਇੰਨੀ, ਇਹ ਜਗ੍ਹਾ ਨੂੰ ਤਾਂ ਮਾਰਜਿਨ ਬੋਲਦੇ ਆ। ਉੱਪਰ ਤੋਂ ਲੈ ਕੇ ਨੀਚੇ ਤੱਕ ਖੱਬੇ ਪਾਸੋਂ ਆਈ ਚਾਰੇ ਪਾਸੋਂ ਮਾਰਜਿਨ ਹੁੰਦੀ ਹੈ ਪੇਜ ਦੀ। ਕਿੰਨੀ ਕੁ ਛੱਡਣੀ ਆ? ਕਢਾਉਣੀ ਆ, ਘਟਾ ਲਓ, ਵਧਾਉਣੀ ਆ, ਵਧਾ ਲਓ। ਅੱਜ ਆ ਬਾਈ ਡਿਫਾਲਟ 0.75, 0.75 ਟੌਪ ਤੋਂ ਵੀ, 0.75 ਨੀਚੋਂ ਵੀ, 0.75 ਖੱਬੇ ਵੀ, 0.70 ਰਾਈਟ ਤੋਂ ਵੀ, 0.70 ਇਹ ਹੁੰਦੀ ਹੈ, ਤੁਸੀਂ ਵਧਾ ਘਟਾ ਸਕਦੇ ਹੋ। ਫੋਰ ਐਗਜ਼ਾਮਪਲ ਆਪਾਂ ਖੱਬੇ ਪਾਸੇ ਲੈ ਕੇ ਚੱਲੀਏ, ਤਾਂ ਉਹ ਘਟਾਊਂਗਾ ਤਾਂ ਦੇਖੋ ਆਹ ਵਾਲੀ ਜਗ੍ਹਾ ਘਟਦੀ ਜਾਊਗੀ। ਮੈਂ ਉਹ ਘਟਾਉਣਾ, ਲਓ 1.2 ਤੇ ਲਿਆਇਆ, ਓਕੇ ਕਰਕੇ ਦੇਖੋ। ਲਓ ਜੀ ਆ ਜਗ੍ਹਾ ਇੱਧਰ ਖੱਬੇ ਪਾਸਿਓਂ ਘਟ ਗਈ, ਠੀਕ ਹੈ। ਫਿਰ ਪੇਜ ਸੈਟਅਪ ਤੇ ਜਾਓ, ਫਿਰ ਮੌਨ ਨਹੀਂ ਕਰਤੀ, ਲਓ ਜੀ ਉਰੇ ਕਲਿੱਕ ਕਰੋ, ਲੋਨ ਨਹੀਂ ਹੋ ਗਈ। ਫਿਰ ਕਲਿੱਕ ਕਰਤੀ, ਆਈ ਮੈਂ ਬਾਟਮ ਤੋਂ ਘਟਾ ਸਕਦੇ, ਟੌਪ ਤੋਂ, ਟੌਪ ਤੋਂ ਮੰਨ ਲਓ ਉੱਪਰ ਨੂੰ ਲੈ ਕੇ ਜਾਣਾ ਡਾਟਾ, ਉਹ ਘਟਾ ਦਿਓ। ਲਓ ਜੀ ਉੱਪਰ ਪਹੁੰਚ ਗਿਆ, ਆਈ ਪੇਜ ਸੈਟਅਪ ਦੇ ਵਿੱਚ ਉੱਪਰੋਂ ਨੀਚੇ ਨੂੰ ਆ ਗਿਆ, ਲਓ ਜੀ ਠੀਕ ਹੈ। ਇਹ ਕੀ ਸੀ? ਆਪਣੀ ਮਾਰਜਿਨ ਸੈੱਟ ਕਰਨੀ ਚਾਰਾ ਪਾਸੇ ਤੋਂ ਆਪਾਂ ਕਰ ਸਕਦੇ ਹਾਂ। ਇੱਕ ਇਹਦੇ 'ਚ ਬਸ ਇੰਪੋਰਟੈਂਟ ਹੋਰ ਰਹਿ ਗਿਆ, ਉਹ ਹੁੰਦਾ ਸ਼ੀਟ। ਤੁਸੀਂ ਕਹੋਗੇ ਸਰ ਵੀ ਜਦੋਂ ਪ੍ਰਿੰਟ ਆਊਟ ਦੇ ਵਿੱਚ ਉਰੇ ਕਿਤੇ ਲਾਈਨਾਂ ਤਾਂ ਦਿਖਾਈ ਨਹੀਂ ਦੇ ਰਹੀਆਂ, ਐਕਸਲ ਤਾਂ ਲਾਈਨਾਂ ਦਾ ਭੰਡਾਰ ਆ, ਲਾਈਨਾਂ ਦੇ ਵਿੱਚ ਅਸੀਂ ਟੇਬਲ ਤਾਂ ਹੀ ਬਣਾਇਆ ਸੀਗਾ, ਪਰ ਪ੍ਰਿੰਟਿੰਗ ਦੇ ਵਿੱਚ ਆ ਨਹੀਂ ਰਿਹਾ। ਫਿਰ ਪੇਜ ਸੈਟਅਪ ਤੇ ਜਾਓ, ਸ਼ੀਟ ਤੇ ਜਾਓ, ਗ੍ਰਿਡ ਲਾਈਨਸ ਤੇ ਕਲਿੱਕ ਕਰਨਾ ਨਾ ਭੁੱਲੋ। ਜੇ ਤੁਸੀਂ ਲਾਈਨਾਂ ਚਾਹੁੰਦੇ ਹੋ ਤਾਂ ਉਰੇ ਕਲਿੱਕ ਕਰ ਦਿਓ ਤੇ ਓਕੇ ਕਰ ਦਿਓ। ਲਓ ਜੀ ਆਹੀ ਚਾਹੁੰਦੇ ਸੀ ਨਾ, ਹੁਣ ਪ੍ਰਿੰਟਿੰਗ ਦੇ ਵਿੱਚ ਲਾਈਨਾਂ ਆਉਣਗੀਆਂ। ਹੋ ਗਈ ਗੱਲ ਕਲੀਅਰ? ਮੈਨੂੰ ਲੱਗਦਾ ਤੁਹਾਨੂੰ ਇਹ ਟੌਪਿਕ ਚੰਗੀ ਤਰ੍ਹਾਂ ਕਲੀਅਰ ਹੋ ਗਿਆ। ਹੁਣ ਆਪਾਂ ਥੋੜੀਆਂ ਬਹੁਤ ਕਮਾਂਡਾਂ ਪ੍ਰਿੰਟ ਦੀਆਂ ਰਹਿ ਗਈਆਂ, ਨਾਲ ਹੀ ਇਸੇ ਬਟਨ ਤੇ ਕਲਿੱਕ, ਜਦੋਂ ਸਾਰੀ ਸੈਟਿੰਗ ਵੈਟਿੰਗ ਹੋ ਗਈ ਉਦੋਂ ਪ੍ਰਿੰਟ ਤੇ ਕਲਿੱਕ ਕਰ ਦਿਓ। ਪ੍ਰਿੰਟ ਤੇ ਕਲਿੱਕ ਕਰੋਗੇ ਇੱਕ ਡਾਇਲੌਗ ਬਾਕਸ ਆ ਵਾਲਾ ਖੁੱਲ ਜਾਣਾ, ਇਹਦੇ 'ਚ ਕੋਈ ਲੰਬਾ ਚੌੜਾ ਕੰਮ ਨਹੀਂ। ਮੈਂ ਤੁਹਾਨੂੰ ਦੱਸਣਾ ਇਹਦੇ 'ਚ ਸਭ ਤੋਂ ਪਹਿਲੀ ਚੀਜ਼ ਦੱਸਣੀ ਆ ਪ੍ਰਿੰਟਰ ਦਾ ਨਾਮ, ਤੁਹਾਡੇ ਲੈਪਟਾਪ ਦੇ ਵਿੱਚ ਕਿਹੜਾ ਪ੍ਰਿੰਟਰ ਇੰਸਟਾਲ ਆ ਉਹ ਨਾਮ ਵਾਲਾ ਪ੍ਰਿੰਟਰ ਚੂਜ਼ ਕਰ ਲਓ। ਆਮ ਤੌਰ ਤੇ ਜਿਵੇਂ ਆਪਾਂ ਮੇਰੇ ਮੋਬਾਈਲ ਦੇ, ਮੇਰੇ ਘਰੇ ਕੈਨਨ LBP ਵੀ ਪਿਆ, ਕੈਨਨ LBP 2900 ਵੀ ਪਿਆ ਗਾ, ਕੈਨਨ MF 3010 ਵੀ ਪਿਆ ਗਿਆ। ਇਸ ਲਈ ਕੈਨਨ MF 3010 ਆ ਰਿਹਾ, ਉਰੇ ਕਲਿੱਕ ਕਰੋਗੇ ਦੂਜਾ ਆ ਗਿਆ ਕੈਨਨ LBP 2900, ਠੀਕ ਹੈ, ਇਹ ਵੀ ਚੂਜ਼ ਕਰ ਸਕਦਾ। ਉਦੋਂ ਬਾਅਦ ਦੇਖੋ ਆ ਪ੍ਰਿੰਟ ਰੇਂਜ, ਰੇਂਜ ਕਿੰਨੇ ਤੋਂ ਕਿੰਨੇ ਪੇਜ ਤੱਕ ਪ੍ਰਿੰਟ ਕਰਨਾ ਨੇ, 1 ਤੋਂ ਲੈ ਕੇ 10 ਤੱਕ। ਮੰਨ ਲਓ ਡਾਟਾ ਬਹੁਤ ਲੰਬਾ ਆਪਾਂ ਦੇਖਿਆ ਨਹੀਂ ਸੀ, 4 ਪੇਜ ਆ ਗਏ ਸੀ, ਮੰਨ ਲਓ ਆਪਾਂ ਚਾਹੁੰਦੇ ਉਹਦੇ 'ਚੋਂ ਇਕੱਲੇ ਪਹਿਲੇ 2 ਨਿਕਲੇ ਹੋਣ, ਤਾਂ ਉਰੇ 1 ਤੋਂ ਲੈ ਕੇ 2 ਤੱਕ ਐਂ ਲਿਖ ਦਿਓ, 1 ਤੋਂ ਲੈ ਕੇ 3 ਤੱਕ ਐਂ ਲਿਖ ਦਿਓ, ਮਤਲਬ ਜਿੰਨੇ ਪੇਜ ਕਰਨੇ, ਜੇ ਸਾਰੇ ਹੀ ਕਰਨੇ ਤਾਂ ਉਰੇ ਕਲਿੱਕ ਰੱਖੋ, ਕੋਈ ਲੋੜ ਨਹੀਂ ਕੁਝ ਕਰਨ ਦੀ, ਠੀਕ ਹੈ। ਇਹ ਗੱਲ ਕਦੀ ਹੋਗੀ। ਅਗਲੀ ਗੱਲ ਆਹ ਬੜੀ ਇੰਪੋਰਟੈਂਟ ਚੀਜ਼ ਹੈ, ਨੰਬਰ ਆਫ ਕਾਪੀਜ਼। ਤੁਸੀਂ ਚਾਹੁੰਦੇ ਹੋ ਮੰਨ ਲਓ ਇਸੇ ਡਾਟਾ ਦੀ 100 ਕਾਪੀਆਂ ਚਾਹੀਦੀਆਂ ਨੇ, ਤਾਂ ਉਹਦੇ 100 ਕਰ ਦਿਓ, ਠੀਕ ਹੈ, ਉਹਦੇ 200 ਕਰ ਦਿਓ, 1000 ਕਰ ਦਿਓ। ਪਰ ਇੱਕ ਗੱਲ ਦਾ ਖਿਆਲ ਰੱਖਿਓ, ਦੇਖੋ ਮੇਰੀ ਗੱਲ ਯਾਦ ਰੱਖਿਓ, ਪ੍ਰਿੰਟ ਕੱਢਣ ਤੋਂ ਪਹਿਲਾਂ ਪ੍ਰਿੰਟ ਦਾ ਪ੍ਰੀਵਿਊ ਜ਼ਰੂਰ ਦੇਖੋ, ਚੈੱਕ ਕਰ ਲਓ ਇੱਕ ਰਫ ਕੱਢ ਕੇ, ਕਿਤੇ ਗਲਤ ਨਾ ਨਿਕਲ ਜੇ। ਮੰਨ ਲਓ ਤੁਸੀਂ 100 ਕਾਪੀ ਦੀ ਕਮਾਂਡ ਦੇਤੀ, ਬਾਅਦ 'ਚ ਪਤਾ ਲੱਗਿਆ ਵੀ ਜਿਹੜਾ ਆਪਾਂ ਉੱਧਰ ਸੈਟਿੰਗ ਕੀਤੀ ਸੀ ਉਹ ਸੈਟਿੰਗ ਸਹੀ ਢੰਗ ਨਾਲ ਨਹੀਂ ਹੋ ਸਕੀ, ਫਿਰ ਸਾਰੀ ਵੇਸਟੇਜ ਆਊਗੀ, ਇਹ ਜ਼ਰੂਰ 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 ਧਿਆਨ 'ਚ ਰੱਖਣਾ। ਡਨ, ਹੋ ਗਈ ਗੱਲ ਕਲੀਅਰ? ਇੱਕ ਇਹਦੇ 'ਚ ਹੋਰ ਮਾੜਾ ਜਿਹਾ, ਇੰਪੋਰਟੈਂਟ, ਉਹ ਇੰਪੋਰਟੈਂਟ ਆ ਪਰ ਤੁਸੀਂ ਜ਼ਿਆਦਾ ਉਲਝ ਜਾਓਗੇ, ਮੇਰਾ ਨਹੀਂ ਸਮਝਾਉਂਦਾ। ਫਰਜ਼ਾ ਹੁੰਦਾ ਪ੍ਰਿੰਟ ਵਟ, ਪ੍ਰਿੰਟ ਵਟ ਐਕਟਿਵ ਸ਼ੀਟਸ ਆਟੋਮੈਟਿਕਲੀ ਸਿਲੈਕਟਡ ਆ, ਮਤਲਬ ਇਹ ਕੀ ਐਕਟਿਵ ਦਾ ਮਤਲਬ ਜਿਹੜੀ ਜਿਹਦੇ 'ਚ ਆਪਾਂ ਕੰਮ ਕਰ ਰਹੇ ਹਾਂ ਉਹ ਵਾਲੀ ਸ਼ੀਟ ਨੂੰ ਕਲਿੱਕ ਕਰ, ਉਹ ਵਾਲੀ ਸ਼ੀਟ ਦਾ ਪ੍ਰਿੰਟ ਆਊਟ ਕਰਨਾ। ਇਹਦੇ 'ਚ ਇੱਕ ਆਪਸ਼ਨ ਆਉਂਦੀ ਹੈ ਇੰਟਾਇਰ ਵਰਕ ਬੁੱਕ, ਜੇ ਆਪਣੇ ਕੋਲ 1 ਤੋਂ ਵੱਧ ਸ਼ੀਟਾਂ ਨੇ, 100 ਸ਼ੀਟਾਂ ਨੇ, ਹੁਣ ਇਕੱਲੀ ਇਕੱਲੀ ਸ਼ੀਟ 'ਚ ਜਾ ਕੇ ਤੁਸੀਂ ਪ੍ਰਿੰਟ ਦੀ ਕਮਾਂਡ ਦਿਓਗੇ, ਉਦਾਹਰਨ ਦਿੰਦਾ ਆਪਾਂ ਮੈਥ ਕਾਪੀ ਦੇ ਵਿੱਚ ਕੰਮ ਕਰ ਰਹੇ ਸੀ ਨਾ, ਠੀਕ ਹੈ, ਆਪਾਂ ਮੈਥ ਦੀ ਕਾਪੀ ਆ ਲਈ ਖੋਲੀ, ਹੁਣ ਪੰਜਾਬੀ ਦੇ ਵਿੱਚ ਜਾਊਂਗਾ, ਫਿਰ ਉਰੇ ਜਾਊਂਗਾ, ਫਿਰ ਉਰੇ ਜਾਊਂਗਾ, ਫਿਰ ਉਰੇ ਜਾਊਂਗਾ, ਠੀਕ ਹੈ, ਉਰੇ ਕੁਝ ਲਿਖਿਆ ਹੀ ਨਹੀਂ, ਚਲੋ ਇਹ ਕਹਿੰਦਾ ਤਾਂ ਕਰਕੇ ਨਹੀਂ ਚੱਕਦਾ, ਲਿਖ ਦਿੰਦੇ ਆਪਾਂ ਕੁਝ, ਉਰੇ ਜਾਊਂਗਾ, ਉਰੇ ਜਾਊਂਗਾ, ਉਰੇ ਜਾਊਂਗਾ, ਉਰੇ ਜਾਊਂਗਾ, ਅਧਿਕ ਐਕਟਿਵ ਸ਼ੀਟ ਹੈ ਤੇ ਇਕੱਲਾ ਇਕੱਲਾ ਦਾ ਬਹੁਤ ਔਖਾ ਕੰਮ ਆ, ਜਿਹਦੇ ਲਈ ਇਹਦੇ 'ਚ ਇੱਕ ਮੈਥ ਕਾਪੀ ਵਾਪਸ ਜਿਵੇਂ ਖੋਲੋ, ਉਰੇ ਕਲਿੱਕ ਕਰੋ, ਉਰੇ ਕਲਿੱਕ ਕਰੋ, ਉਰੇ ਕਲਿੱਕ ਕਰੋ, ਉਰੇ ਕਲਿੱਕ ਕਰੋ, ਆਹ ਵਾਲਾ ਆਪਸ਼ਨ ਉਹੀ ਖੁੱਲ੍ਹ ਗਿਆ ਡਾਇਲੋਗ ਬਾਕਸ। ਇਹਦੇ ਵਿੱਚ ਨਾ ਇੰਟਾਇਰ ਵਰਕ ਬੁੱਕ ਹੁੰਦਾ ਵੀ ਵਰਕ ਬੁੱਕ ਦੇ ਵਿੱਚ ਜਿੰਨੀਆਂ ਵੀ ਸ਼ੀਟਾਂ ਨੇ ਸਭ ਦੇ ਪ੍ਰਿੰਟ ਮਾਰ ਦੇ, ਇੰਟਾਇਰ ਵਰਕ ਬੁੱਕ ਦੇ ਕਲਿੱਕ ਕਰੋਗੇ ਓਕੇ ਕਰੋਗੇ ਸਾਰੀਆਂ ਦੇ ਪ੍ਰਿੰਟ ਮਾਰ ਦੂਗਾ, ਪਰ ਆਪਾਂ ਹਜੇ ਨਹੀਂ ਕਰਨਾ ਕਿਉਂਕਿ ਕਿਹੜਾ ਤੁਹਾਨੂੰ ਦਿਖਾ ਸਕਣਾ ਮੈਂ, ਠੀਕ ਹੈ, ਮੈਂ ਪੇਜ ਕਿਉਂ ਖਰਾਬ ਕਰਾਂ। ਅੱਛਾ ਅਗਲੀ ਗੱਲ ਦੇਖੋ, ਸਿਲੈਕਸ਼ਨ,
ਹੁਣ ਮੰਨ ਲਓ ਇਹਦੇ ਵਿੱਚ ਆਪਾਂ ਸਿਰਫ ਇਹ ਚਾਹੁੰਦੇ ਹਾਂ ਵੀ ਮੈਂ ਆਹ ਦੋ ਬੱਚਿਆਂ ਦਾ ਡਾਟਾ ਹੀ ਚਾਹੀਦਾ ਮੈਨੂੰ, ਇਹਨੂੰ ਸਿਲੈਕਟ ਕਰ ਲਓ, ਕਰ ਲਿਆ। ਸਾਰੇ ਦਾ ਨਹੀਂ ਪ੍ਰਿੰਟ ਆਊਟ ਚਾਹੀਦਾ, ਸਿਰਫ ਇੰਨੇ ਦਾ ਚਾਹੀਦਾ, ਇਹ ਇੰਪੋਰਟੈਂਟ ਆ, ਇੰਨੇ ਦਾ ਪ੍ਰਿੰਟ ਆਊਟ ਚਾਹੀਦਾ। ਉਰੇ ਕਲਿੱਕ ਕਰੋ, ਪ੍ਰਿੰਟ ਤੇ ਜਾਓ, ਪ੍ਰਿੰਟ ਪ੍ਰੀਵਿਊ ਤੇ ਜਾਓ, ਪ੍ਰਿੰਟ ਤੇ ਜਾਓ, ਆ ਲਓ। ਤਾਂ ਉਰੇ ਮੈਂ ਸਿਲੈਕਸ਼ਨ ਤੇ ਕਲਿੱਕ ਕਰ ਦੂੰਗਾ, ਸਿਲੈਕਸ਼ਨ ਤੇ ਵੀ ਜਿੰਨਾ ਚੁਣਿਆ, ਜਿੰਨਾ ਮੈਨੇ ਸਿਲੈਕਟ ਕੀਤਾ ਉਨੇ ਦਾ ਪ੍ਰਿੰਟ ਆਊਟ ਨਿਕਲੇ। ਜਦ ਤੁਸੀਂ ਓਕੇ ਕਰੋਗੇ ਤਾਂ ਪ੍ਰਿੰਟ ਆਊਟ ਨਿਕਲ ਜਾਣਾ ਸਿਰਫ ਉਨੇ ਦਾ, ਪਰ ਮੈਂ ਤੁਹਾਨੂੰ ਦਿਖਾਉਣਾ ਵੀ ਚਾਹੁੰਦਾ ਵੀ ਫਰਕ ਕੀ ਪਿਆ। ਤਾਂ ਇਸ ਲਈ ਨੀਚੇ ਆਪਣੇ ਕੋਲ ਪ੍ਰੀਵਿਊ ਦੀ ਆਪਸ਼ਨ ਹੁੰਦੀ ਆ, ਲਓ ਜੀ ਪ੍ਰੀਵਿਊ ਦੇ ਆਪਸ਼ਨ ਤੇ ਕਲਿੱਕ ਕਰਵਾ ਲਓ, ਆ ਗਿਆ। ਸਿਰਫ ਉਹੀ ਦੋ ਸਿਲੈਕਟਡ ਨੇ ਨਾ, ਠੀਕ ਹੈ, ਜਿਹੜੇ ਤੁਸੀਂ ਪ੍ਰਿੰਟ ਆਊਟ ਮਾਰਨੇ ਚਾਹੁੰਦੇ ਸੀ। ਤਾਂ ਪ੍ਰਿੰਟ ਦੇ ਕਮਾਂਡ ਤੇ ਕਲਿੱਕ ਕਰੋ, ਤਾਂ ਪ੍ਰਿੰਟਿੰਗ ਆ, ਦੇਖੋ ਐ ਪ੍ਰਿੰਟਿੰਗ ਆ ਜਾਂਦੀ ਹੁੰਦੀ ਐ, ਐ ਆਪਣੇ ਕੋਲ LB 3500 ਦਾ ਆ ਵਾਲਾ ਖੁੱਲ ਜਾਂਦਾ ਹੁੰਦਾ ਵੀ ਕਮਾਂਡ ਸ਼ੁਰੂ ਹੋ ਗਈ, ਠੀਕ ਹੈ, ਪ੍ਰਿੰਟਿੰਗ ਚਲੀ ਗਈ। ਤੇ ਤੁਸੀਂ ਕਹੋਗੇ ਐਰਰ ਕਿਉਂ ਆ ਰਿਹਾ, ਐਰਰ ਤਾਂ ਆ ਰਿਹਾ ਕਿਉਂਕਿ ਮੈਂ ਕਿਹੜਾ ਤਾਰ ਜੋੜੀ ਵੀ ਆ, ਮੈਂ ਕਿਹੜਾ ਪ੍ਰਿੰਟ ਆਊਟ ਮਾਰਨਾ ਸੀ, ਮੈਂ ਤਾਂ ਸਿਰਫ ਤੁਹਾਨੂੰ ਸਮਝਾਉਣਾ ਸੀ, ਸਮਝਾਤਾ। ਤੇ ਮੈਨੂੰ ਲੱਗਦਾ ਤੁਹਾਨੂੰ ਚੰਗੀ ਤਰ੍ਹਾਂ ਸਮਝ ਲੱਗ ਗਿਆ ਹੋਊਗਾ। ਅਗਲੀ ਗੱਲ, ਅਗਲੀ ਅਤੇ ਲਾਸਟ ਗੱਲ, ਇਹਦਾ ਇੱਕ ਆਪਣੇ ਕੋਲ ਪ੍ਰਿੰਟ ਦਾ ਸ਼ਾਰਟਕੱਟ ਵੀ ਹੁੰਦਾ ਵੀ ਤੁਸੀਂ ਕਹਿੰਦੇ ਉਰੇ ਮੈਂ ਤਾਂ ਕਲਿੱਕ ਕਲੱਕ ਨਹੀਂ ਹੁੰਦਾ, ਬਹੁਤ ਔਖਾ ਕੰਮ ਆ, ਕੰਟਰੋਲ ਕੀਬੋਰਡ ਦੇ ਉੱਪਰ Ctrl+P ਤੇ ਕਲਿੱਕ ਕਰੋ, Ctrl+P ਤੇ ਕਲਿੱਕ ਕਰੋ, P ਫੋਰ ਪ੍ਰਿੰਟ, ਪ੍ਰਿੰਟ ਤੇ ਕਲਿੱਕ ਕਰੋ, ਆਹ ਵਾਲੀ ਆਪਸ਼ਨ ਆ ਜਾਊਗੀ। ਇਹਦੇ 'ਚ ਪ੍ਰੀਵਿਊ ਵੀ ਦੇਖ ਸਕਦੇ ਹੋ, ਸਾਰਾ ਕੁਝ ਕਰ ਸਕਦੇ ਹੋ, ਉਰੇ ਉਹੀ ਉੱਥੇ ਪਹੁੰਚ ਸਕਦੇ ਹੋ, ਸਾਰਾ ਕੁਝ ਕਰ ਸਕਦੇ ਹੋ, ਇਹ ਇੱਕ ਆਪਣੇ ਕੋਲ ਆਪਸ਼ਨ ਆ। ਇਸੇ ਨਾਲ ਹੀ ਦੇਖੋ ਮੇਰੀ ਪ੍ਰਿੰਟਿੰਗ ਦੀ ਵੀਡੀਓ ਖਤਮ ਹੁੰਦੀ ਹੈ। ਮੈਨੂੰ ਲੱਗਦਾ ਤੁਹਾਨੂੰ ਵਰਕਸ਼ੀਟਾਂ ਵਰਕਬੁੱਕਾਂ ਪ੍ਰਿੰਟ ਕਰਨੀਆਂ ਆ ਗਈਆਂ ਹੋਣਗੀਆਂ, ਉਮੀਦ ਆ ਤੁਸੀਂ ਧਿਆਨ ਨਾਲ ਕਰ ਰਹੇ ਹੋਵੋਗੇ ਤੇ ਕਰੋ, ਠੀਕ ਹੈ। ਇਸੇ ਨਾਲ ਹੀ ਮੇਰੀ ਵੀਡੀਓ ਖਤਮ ਹੁੰਦੀ ਹੈ ਜੀ, ਧੰਨਵਾਦ।